ਲਹਿਰੇ ਖਾਣ ਵਾਲੇ ਦਾ ਥੋੜ੍ਹੀ ਜਿਹੀ ਇਸ ਪੱਖੋਂ ਸਹੀ ਨਹੀਂ ਚੱਲੇ, ਕਿਉਂਕਿ ਬਾਬਾ ਮਾਹਰ ਨਾਮ ਸਿੰਘ ਜੀ ਦਾ ਸਥਾਨ ਹੈ ਨਾ, ਮਹਾਂਪੁਰਖ ਹੀ ਇਹ ਸਥਾਨ ਚਲਾਉਂਦੇ ਹੁੰਦੇ ਆ। ਜੇ ਬਣ ਜਾਣ ਕਮੇਟੀਆਂ ਤਾਂ ਫਿਰ ਰੋਲ ਕੇ ਰੱਖ ਦਿੰਦੀਆਂ। ਸਾਧੂ ਹੀ ਸੰਤ ਮਹਾਂਪੁਰਸ਼ੀ ਜਿਹੜੇ ਆ ਉਹ ਸਥਾਨਾਂ ਨੂੰ ਰੰਗ ਭਾਗ ਲਾਉਂਦੇ, ਕਮੇਟੀਆਂ ਨਹੀਂ। ਇਹ ਤਾਂ ਲੋਭ ਲਾਲਚ ਦੀਆਂ ਭਰੀਆਂ, ਹੰਕਾਰ ਇਹਨਾਂ ਨੂੰ, ਕਮੇਟੀਆਂ ਤੋਂ ਨਹੀਂ ਚੱਲਦੇ। ਨਾਮ ਜਪਣ ਵਾਲੇ ਚਲਾਉਂਦੇ ਆ, ਬਾਬਾ ਖੇਮ ਸਿੰਘ ਦੇ ਸਥਾਨ 'ਤੇ, ਬਾਬਾ ਵਧਾਵਾ ਸਿੰਘ ਜੀ ਦੇ ਸਥਾਨ 'ਤੇ ਬਾਬਾ ਖੇਮ ਸਿੰਘ ਜੀ ਨੇ ਬਣਾ ਕੇ ਕਮੇਟੀ ਵਾਲਿਆਂ ਨੂੰ ਸੰਭਾਲਤਾ ਕਿ ਆ ਲਓ ਭਾਈ ਤੁਸੀਂ ਸੰਭਾਲ ਕਰੋ। ਪਰ ਉਹ ਹੁਣ ਆਪਸ 'ਚ ਲੜਾਈਆਂ ਬਹੁਤ ਪਿੰਡਾਂ ਦੀਆਂ, ਕਦੀ ਸਰਪੰਚੀ ਦਾ ਚੱਕਰ, ਕਦੀ ਵੋਟਾਂ ਦਾ ਚੱਕਰ, ਨਹੀਂ ਆਪਸ ਵਿੱਚ ਨਹੀਂ ਮਿਲ ਕੇ ਬਹਿ ਸਕਦੇ, ਉਹ ਕਿੱਥੋਂ ਚਲਾ ਲੈਣਗੇ। ਬਾਬਾ ਵਧਾਵਾ ਸਿੰਘ ਦਾ ਸਥਾਨ ਉਹਨਾਂ ਨੇ ਕਲੇਸ਼ ਦਾ ਘਰ ਬਣਾ ਲਿਆ, ਜਿਹੜਾ ਵਿੱਦਿਆ ਦਾ ਘਰ ਸੀ, ਅਤੇ ਆਪਾਂ ਫਿਰ ਉੱਥੋਂ ਵਿੱਦਿਆ ਚੱਕ ਲਈ, ਕਲੇਸ਼ ਉਹਨਾਂ ਨੂੰ ਦੇ ਤਾ ਵੀ ਤੁਸੀਂ ਚੱਕ ਲਓ, ਅਤੇ ਬਾਬਾ ਵਧਾਵਾ ਸਿੰਘ ਵਿੱਦਿਆ ਕੇਂਦਰ ਬਣਾ ਦੇ, ਕਲੇਸ਼ ਲਹਿਰੇ ਖਾਣੇ ਵਾਲਿਆਂ ਕੋਲ ਰਹਿ ਗਏ। ਉਹਨਾਂ ਨੂੰ ਇੰਨੀ ਸੋਝੀ ਨਹੀਂ, ਅਕਲ ਨਹੀਂ। ਸਾਰਾ ਸਥਾਨ ਬਾਬਾ ਖੇਮ ਸਿੰਘ ਜੀ ਬਣਾਇਆ, ਫਿਰ ਅਸੀਂ ਬਣਾਇਆ, ਪਰ ਉਹਨਾਂ ਨੂੰ ਮੈਂ ਵੜ ਕੇ ਬਹਿ ਗਈ ਵੀ ਅਸੀਂ ਇੱਥੇ ਬੈਠਣਾ, ਅਸੀਂ ਕਰਨਾ, ਅਸੀਂ ਗੋਲਕਾ ਖੋਲਣੀ ਹੈ। ਬਾਬਾ ਜੀ ਕਹਿੰਦੇ ਸੀ ਗੋਲਕਾ ਮਾਰੋ ਚੱਕ ਕੇ ਪਾਸੇ, ਮਾਲਕ ਬੈਠੇ ਆ। ਜਦੋਂ ਬਾਬਾ ਖੇਮ ਸਿੰਘ ਜੀ ਮਹਾਂਪੁਰਖਾਂ ਨੇ ਸਾਰੀਆਂ ਗੋਲਕਾਂ ਚੱਕਤੀਆਂ, ਇੱਕ ਗੋਲਕ ਇੱਥੇ ਰਹਿਣ ਦਿੱਤੀ, ਇੱਕ ਹੀ ਸਿਰਫ ਗੁਰੂ ਸਾਹਿਬ ਦੇ ਅੱਗੇ, ਇੱਕ ਗੋਲਕ ਭੁੱਚੋ ਰਹਿਣ ਦਿੱਤੀ ਲੰਗਰ ਵਿੱਚ। ਚਲ ਸਮਾਂ ਆਇਆ ਆਪਣਾ, ਬਾਬਾ ਜੀ ਨੇ ਸੇਵਾ ਬਖਸ਼ੀ, ਆਪਾਂ ਫਿਰ ਉਹ ਵੀ ਚੱਕਦੀਆਂ। ਬਾਬਾ ਜੀ ਦੀ ਕਿਰਪਾ ਦੇ ਨਾਲ ਵੀ ਗੋਲਕਾਂ ਦੇ ਨਾਲ ਨਹੀਂ ਕੰਮ ਚੱਲਦੇ, ਇਹ ਚੱਲਣੇ ਤਾਂ ਬੰਦਗੀ ਨਾਲ ਹੀ, ਨਾਮ ਜਪਣ ਨਾਲ ਚੱਲਣੇ ਆ। ਬਾਬਾ ਜੀ ਦੀ ਲਿਖਤ ਪਈ ਹੋਈ, ਬਾਬਾ ਖੇਮ ਸਿੰਘ ਜੀ ਦੀ ਜੇਬ ਵਿੱਚ ਵੀ ਆਉਂਦੀ ਸੀ ਕਾਪੀ, ਉਹਦੇ ਵਿੱਚ ਵੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਪਟਿਆਲਾ ਆਇਆ ਅਤੇ ਬਾਬਾ ਜੀ ਨੇ ਉਹਨੂੰ ਕਿਹਾ ਭਾਈ ਸਾਡਾ ਸਥਾਨ ਬਣਾ ਦੇ। ਮੁਨਸ਼ੀ ਨੇ ਲਿਖਿਆ ਇੱਕ ਤਾਂ ਰੂਮੀ ਵਾਲੀ ਢਾਬ, ਇਹ ਬਣਾਉਣਾ ਸਥਾਨ, ਅਤੇ ਇੱਕ ਸਥਾਨ ਬਣਾਉਣਾ ਤਖਤੇ ਆਣਾ ਭੁੱਚੋ ਵਿੱਚ, ਜਿਹੜਾ ਸਰੋਵਰ ਜਿੱਥੋਂ ਸਾਰਾ ਪਿੰਡ ਪਾਣੀ ਪੀਂਦਾ ਸੀ, ਬਾਬਾ ਜੀ ਵੀ ਇਸ਼ਨਾਨ ਕਰਦੇ ਸੀ, ਅਤੇ ਇੱਕ ਬਣਾਉਣਾ ਟਿੱਲਾ ਸਾਹਿਬ, ਇੱਕ ਬਣਾਉਣਾ ਗੱਦੀ ਸਾਹਿਬ ਵਾਲਾ ਸਥਾਨ। ਉਹ ਫਿਰ ਕਹਿੰਦਾ ਜੀ ਮੈਂ ਨਹੀਂ ਇਹ ਕੰਮ ਕਰ ਸਕਦਾ। ਬਾਬਾ ਜੀ ਕਹਿੰਦੇ ਤੇਰੇ ਕਰਮਾਂ 'ਚ ਨਹੀਂ, ਇਹ ਤਾਂ ਕੋਈ ਸੱਤ ਸਮੁੰਦਰਾਂ ਤੋਂ ਪਾਰੋਂ ਆਏਗਾ ਅਤੇ ਬਣਾਏਗਾ। ਉਹਨਾਂ ਨੇ ਕਿਹਾ ਸੱਤ ਸਮੁੰਦਰਾਂ ਤੋਂ ਪਾਰੋਂ ਆ, ਅਤੇ ਮੈਂ ਸੋਚਣ ਲੱਗ ਪਿਆ ਤਾਂ ਨਾ, ਮੈਂ ਕਿਹਾ ਨਾ ਤਾਂ ਬਾਬਾ ਖੇਮ ਸਿੰਘ ਜੀ ਸੱਤ ਸਮੁੰਦਰਾਂ ਤੋਂ ਪਾਰੋਂ ਆਏ ਆ, ਅਤੇ ਨਾ ਬਾਬਾ ਖੁੰਦਨ ਸਿੰਘ ਜੀ, ਉਹ ਵੀ ਇੱਥੋਂ ਦੇ ਸੀ ਸਰੀਰ ਕਰਕੇ, ਬਾਬਾ ਖੇਮ ਸਿੰਘ ਜੀ ਵੀ ਇੱਥੋਂ ਦੇ ਸੀ। ਹੁਣ ਬਾਬਾ ਕੁੰਦਨ ਸਿੰਘ ਮਹਾਰਾਜ ਸੇਵਾ ਕਰਾ ਰਹੇ ਨੇ, ਮੇਰੇ ਵਰਗੇ ਨਹੀਂ, ਸਾਡੇ ਤਾਂ ਵਜੂਦ ਹੀ ਨੇ। ਉਹ ਕਮਾਈ ਵਾਲੇ ਬਣਾ ਸਕਦੇ ਆ। ਅਤੇ ਫਿਰ ਪਤਾ ਲੱਗਿਆ ਜਦੋਂ ਜਿੰਨੀ ਮਾਇਆ ਲੱਗ ਰਹੀ ਬਾਬਾ ਜੀ ਦੇ ਮਹਿਲਾਂ ਦੇ, ਰੂਮੀ ਸਾਹਿਬ ਸਾਰੀਆਂ ਥਾਵਾਂ 'ਤੇ, ਸਾਰੀ ਦੇ ਸਾਰੀ ਮਾਇਆ ਸੱਤਾ ਸਮੁੰਦਰਾਂ ਤੋਂ ਪਾਰੋਂ ਆ ਰਹੀ ਹੈ। ਬੱਚਾ ਬੱਚਾ ਬਾਹਰਲੇ ਦਿਸ਼ਾ 'ਚ ਪਹੁੰਚ ਗਿਆ, ਸਮੁੰਦਰ ਲੰਘ ਗਿਆ, ਅਤੇ ਸਾਰਾ ਦਸਵੰਧ ਉਹਨਾਂ ਦਾ ਆਪਣਾ ਦਾ ਦਸਵੰਧ ਜਿਹੜਾ, ਉਹ ਰੋਟੀ ਵੀ ਨਹੀਂ ਮਸਾ ਹੀ ਪੂਰਾ ਕਰਦਾ, ਲੰਗਰ ਪਾਣੀ ਜਿਹੜਾ ਸੰਗਤਾਂ ਕੱਢਦੀਆਂ ਨਾ, ਕਣਕ ਝੋਨੇ ਦਾ ਫਸਲਾਂ ਤਾਂ ਕਿੰਨਾ ਕੁ ਹੋ ਸਕਦਾ, ਥੋੜ੍ਹਾ ਥੋੜ੍ਹਾ ਸਾਰੇ ਪਿਆਰ ਵਾਲੇ ਸੰਗੀ ਕਰਦੇ ਆ। ਪਰ ਉਹ ਬਿਲਡਿੰਗਾਂ ਬਣਾਉਣ ਵਾਲਾ ਨਹੀਂ, ਬਿਲਡਿੰਗਾਂ ਬਣਾਉਣ ਵਾਲਾ ਤਾਂ ਬਾਹਰੋਂ ਹੀ ਆਉਂਦਾ, ਸਾਰਾ ਹੀ ਬਾਹਰੋਂ ਧਨ ਆ ਰਿਹਾ। ਉਹ ਮੈਂ ਕਿਹਾ ਬਾਬਾ ਜੀ ਨੇ ਲਿਖਿਆ ਸੀ, ਮੈਂ ਸੋਚ ਰਿਹਾ ਸੀ ਕਿ ਇਹ ਕਿਵੇਂ, ਪਰ ਅੱਜ ਜਦੋਂ ਕੁਵਾੜ ਖੁੱਲ੍ਹੇ ਅਤੇ ਪਤਾ ਲੱਗ ਗਿਆ ਕਿ ਸੱਤਾਂ ਸਮੁੰਦਰਾਂ ਤੋਂ ਪਾਰ ਆਪਣੇ ਸਾਰੇ ਬੱਚੇ ਪਹੁੰਚ ਗਏ, ਬੱਚਾ ਬੱਚਾ ਪਹੁੰਚ ਗਿਆ।
ਤੇ ਸਾਰੀ ਬਾਹਰ ਪਹੁੰਚ ਗਿਆ। ਥੋੜੇ ਬਹੁਤੇ ਇੱਕ ਇੱਕ ਦੋ ਦੋ ਪਰਿਵਾਰ ਕੋਈ ਰਹਿ ਗਏ ਨੇ ਇੱਥੇ, ਬਾਕੀ ਖਾਲੀ ਹੁੰਦਾ ਜਾ ਰਿਹਾ। ਸਾਰੇ ਬੱਚੇ ਬਾਹਰ ਨੂੰ ਭੱਜਦੇ, ਬਾਹਰਲੇ ਦੇਸ਼ਾਂ ਨੂੰ, ਪਰ ਆਪਣੇ ਦੇਸ਼ ਵਰਗਾ ਆਨੰਦ ਤਾਂ ਨਹੀਂ। ਗੁਰੂ ਸਾਹਿਬ ਕਿਰਪਾ ਕਰਨਗੇ ਹੀ ਬਾਹਰਲਾ ਦੇਸ਼ ਬਣ ਜਾਏਗਾ, ਇਹੀ ਸਾਰਾ ਕਾਰੋਬਾਰ ਅੱਛੇ ਹੋ ਜਾਣਗੇ ਉਹਨਾਂ ਦੀ ਮਿਹਰ ਦੇ ਨਾਲ। ਹੁਣ ਹਿੰਦੁਸਤਾਨ ਵੱਸਦਾ ਹੈ ਅਤੇ ਜੇ ਆਪਣੇ ਜਿੰਨੇ ਨੇ ਇੱਥੇ, ਕਹਿੰਦੇ ਜੀ ਪ੍ਰਦੇਸ਼ ਚਲਾ ਗਿਆ, ਬਣਾਇਆ ਚਲਾ ਗਿਆ, ਫਲਾਣਾ ਬੰਦਾ ਬਲੈਤੀ ਕਹਿੰਦੇ ਹੁੰਦੇ ਸੀ, ਵੀ ਇਹਨਾਂ ਦਾ ਇੱਕ ਅੱਧਾ ਹੀ ਹੁੰਦਾ ਸੀ ਕੋਈ ਪਿੰਡ 'ਚੋਂ ਬਲੈਤੀ ਆ, ਅਤੇ ਬਾਹਰ ਦੇ ਦੇਸ਼ 'ਚ ਕੋਈ ਇੱਕ ਅੱਧਾ ਹੀ ਕਿਸੇ ਪਿੰਡ 'ਚ ਹੁੰਦਾ ਸੀ, ਨਹੀਂ ਤਾਂ ਹੁੰਦਾ ਹੀ ਨਹੀਂ ਸੀ। ਅੱਜ ਤੋਂ ਕੁਛ ਸਮਾਂ ਪਹਿਲਾਂ ਜਦੋਂ ਮੈਂ ਜਿਹੜਾ ਸਮਾਂ ਅਸੀਂ ਦੇਖਿਆ, ਅਤੇ ਆਪਣੇ ਪੰਜਾਬ ਦਾ ਪ੍ਰਦੇਸ਼ ਵਿੱਚ ਵਿਲਾਇਤ ਵਿੱਚ ਬੱਚਾ ਬੱਚਾ ਚਲਾ ਗਿਆ, ਅਤੇ ਹੁਣ ਬਿਹਾਰ ਵਾਲੇ ਪੁੱਛਦੇ ਵੀ ਤੁਹਾਡਾ ਬੱਚਾ ਕਿੱਥੇ ਆ, ਨੇਪਾਲ ਵਾਲੇ ਪੁੱਛਦੇ ਤੁਹਾਡਾ, ਕਹਿੰਦੇ ਪ੍ਰਦੇਸ਼ ਗਿਆ, ਉਹ ਪੰਜਾਬ ਨੂੰ ਹੀ ਪ੍ਰਦੇਸ਼ ਬਣਾਇਆ ਉਹਨਾਂ ਨੇ। ਬਈਆਂ ਵਾਸਤੇ, ਨੇਪਾਲੀਆਂ ਵਾਸਤੇ, ਸਾਰੇ ਵੱਡੇ ਵੱਡੇ ਘਰਾਂ 'ਚ ਨੇਪਾਲੀ ਬੈਠੇ ਆ, ਪਿੰਡਾਂ 'ਚ ਸਾਰੇ ਬਈਏ ਬੈਠੇ ਆ। ਜੇ ਕੋਈ ਬਿਹਾਰ ਵਿੱਚ ਬਿਹਾਰ ਵਾਲਿਆਂ ਨੂੰ ਪੁੱਛੋ ਵੀ ਵਿਲਾਇਤ ਕਿਹੜੀ, ਉਹ ਕਹਿੰਦੇ ਪੰਜਾਬ, ਅਤੇ ਤੁਹਾਡੇ ਤੁਹਾਡੇ ਤੋਂ ਵਿਲਾਇਤ ਬਣੀ ਨਹੀਂ, ਤੁਸੀਂ ਬਾਹਰ ਨੂੰ ਭੱਜਦੇ ਜੀ। ਗੁਰੂ ਸਾਹਿਬ ਮਿਹਰ ਕਰਨਗੇ, ਬਾਹਰਲੇ ਲਾਭ ਉਠਾ ਰਹੇ ਨੇ ਆਪਣੇ ਵਾਸਤੇ, ਵਿਲਾਇਤ ਹੀ ਹੈ ਗੁਰੂ ਸਾਹਿਬ ਦਾ ਦੇਸ਼, ਅਤੇ ਨਾਮ ਜਪਣਾ ਅਤੇ ਜਪਾਉਣਾ ਸਾਰੀਆਂ ਸੰਗਤਾਂ ਦੇ। ਅੱਜ ਜਿਹੜੀ ਫੁਲਵਾੜੀ ਬੈਠੀ ਵੇਖ ਕੇ ਮਨ ਖੁਸ਼ ਹੁੰਦਾ ਹੈ ਕਿ ਬਾਬਾ ਜੀ ਦੇ ਕੀਰਤਨ ਵਾਲੇ ਬੱਚੇ, ਸਕੂਲਾਂ ਵਾਲੇ ਟੀਚਰ ਵੀ, ਸੁਖਮਣੀ ਵਾਲੀਆਂ ਸੰਗਤਾਂ, ਇਸ ਕਲਯੁੱਗ ਦੇ ਵਿੱਚ ਜਿਹੜੇ ਨਾਮ ਜਪ ਰਹੇ ਨੇ, ਇਹ ਗੁਰੂ ਦੀ ਬਹੁਤ ਮਿਹਰ ਹੈ। ਨਹੀਂ ਤਾਂ ਇਹ ਕਲਯੁੱਗ ਤਾਂ ਮਾੜਾ ਹੈ, ਇਹ ਨਾਮ ਨਹੀਂ ਜਪਣ ਦਿੰਦਾ। ਇਹ ਮਾੜੇ ਕੰਮ ਤਾਂ ਤੁਹਾਡੇ ਤੋਂ ਕਰਾਏਗਾ, ਪਰ ਨਾਮ ਨਹੀਂ ਜਪਣ ਦੇਗਾ। ਕਲਯੁੱਗ ਨਾਮ ਨਹੀਂ ਜਪਣ ਦਿੰਦਾ, ਇਹਦਾ ਮਾੜਾ ਹੈ।